ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੌਰ ਸੰਧੂ ਬਲੌਗ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੀ ਹੋਵੋਗੇ। ਚਲੋ ਜੀ, ਅੱਜ ਆਪਣੇ ਜਾਣਾ ਵੀ ਹੈ, ਪਹਿਲਾਂ ਵੀ ਕਿਤੇ ਜਾ ਕੇ ਆਏ, ਆਪਾਂ ਜਾਣਾ ਸੀਗਾ ਜ਼ਰੂਰੀ, ਹੈ ਨਾ। ਪਹਿਲਾਂ ਸਵੇਰੇ ਗੁਰਦੁਆਰਾ ਸਾਹਿਬ ਭੋਗ 'ਤੇ ਵੀ ਆਪਾਂ ਉੱਥੇ ਚਲੇ ਗਏ, ਹੁਣ ਆਪਾਂ ਜਾਣਾ ਹੈਗਾ ਮੇਰੀ ਪਤੀ ਨਾਨਕ ਕੋਲ ਜਾਣੇਗਾ। ਉਹਨਾਂ ਦੀ ਪਿਛਲੇ ਸਾਲ ਉਹਨਾਂ ਦੇ ਬੇਟੇ ਦਾ ਵਿਆਹ ਹੋਇਆ ਸੀਗਾ, ਹੁਣੇ ਬਾਹਰ ਜਾਣਾਗਾ, ਆਪਾਂ ਉੱਥੇ ਜਾਵਾਂਗੇ। ਅੱਜ ਉਹਨਾਂ ਦੇ ਖੰਡ ਪਾਠ ਵੀ ਸੀਗੇ ਸਵੇਰੇ, ਆਪਾਂ ਤੋਂ ਜਾਇਆ ਨਹੀਂ ਗਿਆ ਤਾਂ ਕਿਉਂਕਿ ਆਪਾਂ ਨੇ ਵੀ ਇੱਥੇ ਜੂਨੀਅਰ ਵੱਲੋਂ ਖੰਡ ਪਾਠ ਰਖਵਾਏ ਗਏ ਸੀਗੇ, ਉੱਧਰ ਵੀ ਜਾਣਾ ਜ਼ਰੂਰੀ ਸੀਗਾ। ਫਿਰ ਅਸੀਂ ਉਹਨਾਂ ਨੂੰ ਕਹਿਤਾ ਸੀਗਾ ਵੀ ਅਸੀਂ ਬਾਅਦ 'ਚੋਂ ਆਵਾਂਗੇ। ਚਲੋ ਜੀ, ਜਾਣਾ ਤਾਂ ਉਹਨੇ ਕੱਲ੍ਹ ਨੂੰ, ਹੈ ਨਾ, ਆਪਾਂ ਅੱਜ ਜਾ ਕੇ ਮਿਲ ਆਵਾਂਗੇ। ਹਰਸ਼ ਟਿਊਸ਼ਨ ਗਿਆ ਹੋਇਆ, ਹਰਸ਼ ਦੇ ਆਏ ਤੋਂ ਫਿਰ ਜਾਵਾਂਗੇ, ਉੱਧਰੋਂ ਵੀ ਜਾਣਗੇ, ਹੈ ਨਾ, ਸਾਰੇ ਇਕੱਠੇ ਹੋ ਕੇ ਜਾਵਾਂਗੇ, ਸ਼ਾਮ ਨੂੰ ਜਾਵਾਂਗੇ, ਸ਼ਾਮ ਨੂੰ ਹੀ ਮੁੜ ਆਵਾਂਗੇ। ਚਲੋ ਜੀ, ਜਦੋਂ ਜਾਣਾ ਆਉਣਾ ਹੁੰਦਾ, ਹੈ ਨਾ, ਅਗਲੇ ਦੇ ਘਰ ਵੀ ਇਕੱਠ ਵੱਠ ਹੁੰਦਾ ਗਾ, ਭੀੜ ਭੜੱਕਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ। ਆਪਾਂ ਥੋੜ੍ਹਾ ਹੀ ਟਾਈਮ ਰੁਕਾਂਗੇ ਉੱਥੇ, ਮਿਲ ਕੇ ਆ ਜਾਵਾਂਗੇ। ਵੈਸੇ ਤਾਂ ਉਹ ਕੱਲ੍ਹ ਹੀ ਆਏ ਸੀਗੇ ਇੱਥੇ ਮਿਲਣ, ਬਹੂ ਮੁੰਡਾ ਆ ਕੇ ਗਏ ਨੇਗੇ, ਅਤੇ ਚਲੋ ਆਪਣਾ ਵੀ ਫਰਜ਼ ਬਣਦਾ, ਹੈ ਨਾ, ਮਿਲਣ ਜਾਣ ਦਾ। ਇੱਕ ਬੱਚੇ ਭੱਜੀ ਜਾਂਦੇ ਨੇ ਬਾਹਰ, ਵੀ ਕੋਈ ਉਹ ਨਹੀਂ ਹੈਗੀ ਬਾਹਰ, ਦੇਖੋ ਗੁਲਾਮ ਦੇਸ਼ 'ਚ ਜਾ ਕੇ, ਹੈ ਨਾ, ਗੋਰੇ ਤਾਂ ਆਪਾਂ ਇੱਥੋਂ ਮਸਾਂ ਕੱਢੇ। ਚਲੋ ਬਾਕੀ, ਹੈ ਨਾ ਜੀ, ਸਾਰੇ ਬੱਚੇ ਜਾਈ ਜਾਂਦੇ ਨੇ, ਹੈ ਨਾ, ਚਲੋ ਪੜ੍ਹਾਈ ਦੀ ਖਾਤਰ। ਜੇ ਆਪਣੇ ਇੱਥੇ ਸਰਕਾਰਾਂ ਵਧੀਆ ਹੋਣ ਤਾਂ ਬੱਚਿਆਂ ਨੂੰ ਜਾਣ ਦੀ ਲੋੜ ਹੀ ਨਹੀਂ ਹੈਗੀ। ਫਿਰ ਬੱਚੇ ਜਦੋਂ ਇੱਥੇ ਤਾਂ ਕਿਸੇ ਨੂੰ ਰੁਜ਼ਗਾਰ ਨਹੀਂ ਮਿਲਦਾ ਹੈਗਾ, ਇੰਨੇ ਇੰਨੇ ਪੜ੍ਹੇ ਫਿਰਦੇ ਨੇ, ਪੜ੍ਹੇ ਲਿਖੇ ਫਿਰਦੇ ਨੇ ਬੱਚੇ। ਉਹਨਾਂ ਦਾ ਬੇਟਾ ਛੋਟਾ, 2 ਸਾਲ ਹੋ ਗਏ ਉਹਨੂੰ ਗਏ ਨੇ, ਉਹ ਪਹਿਲਾਂ ਦਾ ਗਿਆ ਹੋਇਆ। ਇਹ ਵੱਡਾ ਮੁੰਡਾ ਪਰ ਗਿਆ ਹੋਇਆ ਸੀਗਾ, ਪਰ ਵੀ ਉਹ ਮੁੰਡਾ ਆ ਗਿਆ ਸੀਗਾ ਛੋਟਾ ਵਿਆਹ 'ਤੇ, ਅਤੇ ਹੁਣ ਬਹੂ ਨੇ ਜਾਣਾ ਹੈਗਾ, ਨੂੰਹ ਨੇ, ਰਾਣੀ ਨੇ, ਸਾਡੀ ਨੇ, ਨੰਦ ਦੀ ਨੂੰਹ ਨੇ ਜਾਣਾ, ਕਨੇਡਾ ਜਾਣਾ ਹੈਗਾ। ਆਪਾਂ ਉਹਨੂੰ ਮਿਲਣ ਚੱਲਾਂਗੇ। ਮੈਂ ਨਾ ਮੱਕੀ ਸੁੱਕਣੀ ਪਾਉਣੀ ਆ, ਇਹ ਆਪਣੇ ਘਰ ਦੀ ਮੱਕੀ ਹੈਗੀ, ਮੱਕੀ ਸੁੱਕਣੀ ਪਾ ਦਿੰਦੇ ਹਾਂ। ਚਲੋ ਧੁੱਪ ਲੱਗ ਜੂ, ਊਂ ਤਾਂ ਥੋੜ੍ਹੀ ਹੋਈ ਆ, ਧੁੱਪ ਤਾਂ ਇੰਨੀ ਨਿਕਲਦੀ ਨਹੀਂ ਹੈਗੀ। ਇਹ ਆਪਣੇ ਪਿਹਾਉਣੀ ਸੀਗੀ, ਊਂ ਤਾਂ ਆਪਣੀ ਸੁਕਾ ਕੇ ਰੱਖੀ ਹੋਈ ਆ ਇਹ ਅੰਦਰ, ਘਰ ਦੀ ਮੱਕੀ ਹੈ। ਇਹਦੇ ਵਿੱਚੋਂ ਮੈਂ ਜਿਹੜੇ ਖਰਾਬ ਖਰਾਬ ਜੇ ਆ, ਦੇਖੋ ਵਿੱਚੋਂ ਨਿਕਲਦੇ ਨੇ ਨਾ, ਵਿੱਚ ਰੋੜੀਆਂ ਵੀ ਹੈਗੀਆਂ ਨੇ, ਆਪਾਂ ਇਹਨਾਂ ਨੂੰ ਚੁੱਗ ਦਿੰਦੇ ਹਾਂ, ਇਹਨੂੰ ਸਾਂਟ ਦਿੰਦੇ ਹਾਂ। ਪਹਿਲਾਂ ਵੀ ਅਸੀਂ 2 ਵਾਰੀ ਪਿਹਾ ਲਈ, ਇਹ ਹੁਣ ਥੋੜ੍ਹੀ ਹੋ ਰਹਿ ਗਈ, ਆਪਾਂ ਜਿੰਨਾ ਵੀ ਹੈਗਾ ਚਲੋ ਪਿਹਾ ਲਾਂਗੇ ਫਿਰ, ਹੈ ਨਾ। ਸਿਆਲ ਦੇ ਵਿੱਚ, ਸਰਦੀ ਦੇ ਵਿੱਚ ਮੱਕੀ ਦੀ ਰੋਟੀ ਬਹੁਤ ਵਧੀਆ ਲੱਗਦੀ ਹੈ ਜੀ, ਅਸੀਂ ਮੱਕੀ ਦੀ ਰੋਟੀ ਬਹੁਤ ਜ਼ਿਆਦਾ ਬਣਾਉਂਦੇ ਹਾਂ, ਜਿਵੇਂ ਮੋਠਾਂ ਦੀ ਦਾਲ ਨਾ ਹੋ ਗਈ, ਸਾਗ ਨਾ ਹੋ ਗਈ, ਹੈ ਨਾ, ਜੇ ਉਹ ਵੀ ਵਧੀਆ ਲੱਗਦੀ ਆਪਾਂ ਬਣਾ ਹੀ ਲੈਂਦੇ ਹਾਂ। ਵੈਸੇ ਹਰਸ ਤਾਂ ਖਾਂਦਾ ਨਹੀਂ ਹੈਗਾ, ਬਹੁਤ ਘੱਟ ਖਾਂਦਾ, ਉਹਦੇ ਵਾਸਤੇ ਤਾਂ ਮੈਨੂੰ ਫਿਰ ਵੀ ਕਣਕ ਦੀ ਬਣਾਉਣੀ ਪੈਂਦੀ ਹੈ, 2-2 ਕਰਨੇ ਪੈਂਦੀਆਂ ਨੇ ਰੋਟੀਆਂ ਦੇ ਆਹਾਰ, ਫਿਰ ਆਹਾਰ ਹੋ ਜਾਂਦਾ ਜੀ, ਬਸ ਆਹਾਰ ਹੀ ਹੈਗਾ ਇਹ, ਉਹ ਖਾਂਦਾ ਨਹੀਂ ਹੈਗਾ। ਹੁਣ ਆਪਾਂ ਮੱਕੀ ਵੀ ਸੁੱਕਣੀ ਪਾ ਦਿੰਦੇ ਹਾਂ ਆਪਣੀ, ਜਿਹੜੀ ਇਹਦੇ ਵਿੱਚ ਖਰਾਬ ਦਾਣਾ ਹੈਗਾ ਉਹ ਮੈਂ ਚੁੱਗ ਦਿੰਦੀ ਹਾਂ, ਵਿੱਚ ਕਾਲੇ ਦਾਣੇ ਹੈਗੇ ਨੇ। ਆਹ ਦੇਖੋ ਫਿਰ ਵੀ ਵਿੱਚੋਂ ਕੁਛ ਨਾ ਕੁਛ, ਆਹ ਦੇਖੋ ਮਾਰੂ ਜੇ ਦਾਣੇ ਨਿਕਲ ਹੀ ਜਾਂਦੇ ਨੇ, ਨਾਲੇ ਪਹਿਲਾਂ ਵੀ ਸਾਫ਼ ਕਰਕੇ ਰੱਖੀ ਹੋਈ ਹੈ। ਜੇ ਸਾਡੇ ਚੈਨਲ 'ਤੇ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ, ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ। ਇਹਦੇ ਵਿੱਚ ਇਹ ਮੱਕੀ ਆਪਣੀ ਪਿਛਲੀ ਵਾਰ, ਪਹਿਲਾਂ 2 ਵਾਰੀ ਆਪਾਂ ਮੱਕੀ ਪਿਹਾ ਚੁੱਕੇ, ਕਿਉਂਕਿ ਪਹਿਲਾਂ ਇਹ ਕਹਿੰਦੇ ਤੇ ਕਹਿੰਦੇ ਥੋੜ੍ਹੀ ਹੈਗੀ, ਵੀ ਪਹਿਲਾਂ ਵਾਲੀ ਦੇ ਵਿੱਚ ਪਾ ਕੇ ਪਿਹਾ ਲਿਆਉਣੀ, ਮੈਂ ਪਿਹਾਉਣ ਨਹੀਂ ਦਿੱਤੀ। ਮੈਂ ਕਿਹਾ ਫਿਰ ਵੀ ਇੰਨਾ ਵਧੀਆ ਨਹੀਂ ਲੱਗਦਾ, ਤਾਜ਼ਾ ਜਿਹਾ ਆਟਾ ਪਿਹਾਵਾਂਗੇ। ਪਹਿਲਾਂ 2 ਵਾਰੀ ਪਿਹਾ ਕੇ ਅਸੀਂ ਖਾ ਚੁੱਕੇ ਹਾਂ ਆਟਾ, ਹੁਣ ਇਹ ਮੱਕੀ ਆਪਣੇ ਕੋਲ ਥੋੜ੍ਹੀ ਰਹਿ ਗਈ। ਹੁਣ ਆਪਾਂ ਇਹਦੇ ਵਿੱਚ ਬਾਜਰੇ ਦਾ, ਬਾਜਰਾ ਪਾ ਲਾਂਗੇ 2 ਕਿਲੋ। ਬਾਜਰੇ ਦੀ ਰੋਟੀ ਵੀ ਬਹੁਤ ਵਧੀਆ ਲੱਗਦੀ ਹੈ, ਚਲੋ ਮਿਕਸ ਕਰ ਲਾਂਗੇ, ਹੈ ਨਾ, ਮੱਕੀ ਦੇ ਵਿੱਚ ਹੀ ਬਾਜਰਾ ਪਾ ਲਾਂਗੇ। ਆਹ ਥੱਲੇ ਜਿਹੜੇ ਪੂਸ ਪੱਤ ਨੇ, ਬਾਅਦ 'ਚੋਂ ਮੈਂ ਸਾਜਣਾ ਛੱਡ ਦੂੰਗੀ, ਇਹਨੇ ਮੈਂ ਰੋੜੀਆਂ ਚੁੱਗ ਦੇਣੀ ਆ, ਕਿਉਂਕਿ ਅਸੀਂ ਜਾਣਾ ਹੈਗਾ, ਹੁਣ ਟਾਈਮ ਨਹੀਂ ਹੈਗਾ ਇੰਨਾ। ਫਿਰ ਮੈਂ ਜੇ ਕੱਲ੍ਹ ਨੂੰ ਇਹਨੂੰ ਇੱਕ ਧੁੱਪ ਹੋਰ ਲਗਾ ਕੇ ਫਿਰ ਮੈਂ ਸੰਡ ਕੇ ਪਾ ਦੂੰਗੀ, ਜਿੰਨੀ ਕੁ ਚਲੋ ਸੇਕ ਲੱਗਦਾ ਲੱਗਦਾ, ਹੈ ਨਾ। ਜਿਵੇਂ ਘਰ ਦਾ ਆਟਾ ਹੈ ਜੀ, ਮੱਕੀ ਦਾ ਆਟਾ ਸਾਗ ਸੂਗ 'ਚ ਬਹੁਤ ਵਧੀਆ ਲੱਗਦਾ, ਮੁੱਲ ਦਾ ਆਟਾ ਤਾਂ ਉਹੀ ਜੀ ਰੋਟੀ ਵੀ ਨਹੀਂ ਬਣਦੀ। ਇਹਦੀ ਰੋਟੀ ਇੰਨੀ ਵਧੀਆ ਮਿੱਠੀ ਮਿੱਠੀ ਰੋਟੀ ਬਣਦੀ ਹੈ ਘਰ ਦੀ ਮੱਕੀ ਦੀ। ਪਹਿਲਾਂ ਸੱਲੀਆਂ ਬਥੇਰੀਆਂ ਖਾਧੀਆਂ ਨੇ, ਗਰਮੀ ਗਰਮੀ ਸੱਲੀਆਂ ਵੀ ਖਾਧੀਆਂ ਨੇ, ਫਿਰ ਬਾਕੀ ਆਪਾਂ ਨੇ ਸੁਕਾ ਲਈ ਸੀ, ਚਲੋ ਹੁਣ ਕੱਢ ਲਈ ਸੀ ਆਪਦੇ ਜੋਗਰੀ, ਜ਼ਿਆਦਾ ਤਾਂ ਹੈ ਨਹੀਂ ਸੀਗੀ, ਆਪਦੇ ਜੋਗਰੀ ਬਹੁਤ ਹੈ ਜੀ। ਚਲੋ ਜੀ, ਹੁਣ ਆਪਾਂ ਚੱਲਦੇ ਹਾਂ, ਫਿਰ ਆਪਾਂ ਮਿਲਦੇ ਹਾਂ, ਹੈ ਨਾ, ਤੁਹਾਨੂੰ ਉੱਥੇ ਜਾ ਕੇ ਮਿਲਾਂਗੇ। ਹਜੇ ਤਾਂ ਜਿਹੜਾ ਗੋਹਾ ਇਕੱਠਾ ਕਰਿਆ ਪਿਆ ਠੰਡ 'ਚ, ਇੱਕ ਦਿਨ ਇਹ ਵੀ ਵੱਥਣਾ। ਆਹ ਫਿਰਦੀਆਂ ਨੇ ਦੇਖੋ ਬਿੱਲੀਆਂ, ਜਿਹੜੀਆਂ ਮੈਂ ਕਹਿੰਦੀ ਹੁੰਦੀ ਹਾਂ ਸਾਡੇ ਘਰ ਹੀ ਰਹਿੰਦੀਆਂ ਨੇ, ਜੇ ਮੈਂ ਬਾਹਲਾ ਨੇੜੇ ਗਈ ਤਾਂ ਇਹਨੇ ਭੱਜ ਜਾਣੇ। ਬਸ ਇੱਥੇ ਇਹ ਆ ਬਾਲਣ ਬੁਲਣ 'ਚ ਜਾ ਨੀਰੇ ਵਾਲੀ ਰਹਿੰਦੀਆਂ ਨੇ, ਆ ਦੇਖੋ ਫਿਰ ਵਾਪਸ ਮੁੜ ਗਈ। ਊਂ ਕੁਛ ਨਹੀਂ ਕਹਿੰਦੀ, ਹਰਸ ਦੇ ਤਾਂ ਬਿਲਕੁਲ ਕੋਲ ਵੀ ਆ ਜਾਂਦੀ ਹੈ, ਉਹਦੀ ਕੋਲ ਆ ਜਾਂਦੀ ਹੈ, ਦੇਖੋ ਐਂ ਸਾਰਾ ਦਿਨ ਘਰ 'ਚ ਹੀ ਘੁੰਮਦੀਆਂ ਰਹਿੰਦੀਆਂ ਨੇ। ਇਹ 2 ਇਹਦੇ ਬੱਚੇ ਨੇਗੇ, ਇੱਕ ਇਹ ਹੈਗੀ,
ਜੇ ਕੋਈ ਹੋਰ ਇੱਕ ਦਿਨ ਓਪਰੀ ਜੀ ਬਿੱਲੀ ਆ ਗਈ ਤੇ ਉਹਦੇ ਪਿੱਛੇ ਪੈ ਗਈ। ਇਹਨਾਂ ਨੂੰ ਵੀ ਐਂ ਲੱਗਣ ਲੱਗ ਜਾਂਦਾ ਵੀ ਸਾਡਾ ਹੀ ਘਰ ਹੈ, ਹੈ ਨਾ। ਚਲੋ ਜਿੱਥੇ ਰਹਿੰਦੇ ਨੇ ਹੈ ਨਾ ਜਾਨਵਰ, ਆਪਦਾ ਹੱਕ ਜਮਾਉਂਦੇ ਨੇ। ਅੱਜ ਤਾਂ ਇਹ ਲੇਟ ਚੱਲ ਰਹੀ ਸਾਰਾ, ਸਾਨੂੰ ਔਖਾ ਮੰਨਦੀ 11 ਕੁ ਵਜੇ ਤੋਂ ਉਹਨਾਂ ਨੂੰ ਹੈ ਤੁਰ ਪੈਣਗੇ ਆਰਾਮ ਨਾਲ। ਇਹ ਤੁਰ ਕੇ ਜਾ ਰਹੇ ਆ ਅੱਜ ਤਾਂ ਖੁੱਲਾ ਰੱਖੋ। ਮਾਸੀ ਹੋਊਗੀ ਲੋ ਜੀ, ਪਹੁੰਚ ਗਏ ਆਪਾਂ ਘਰੇ। ਸਤਿ ਸ਼੍ਰੀ ਅਕਾਲ ਭਾਈ, ਕਿਵੇਂ ਹੋ? ਸਤਿ ਸ਼੍ਰੀ ਅਕਾਲ। ਫਿਰ ਅੱਜ ਤਾਂ ਤੇਰੇ ਤੋਂ ਜਾਇਆ ਨਹੀਂ ਗਿਆ ਹੋਣਾ ਮਾਸੀ ਭੋਗ ਤੇ। ਬਸ ਰਲੀ ਹੋਈ ਸੀ ਬਾਹਰ ਜਾਣਾ ਸਵਾਲ ਲਿਓ ਸਾਰੇ ਪਰਿਵਾਰ ਦਾ ਥੋੜਾ ਘਨੌਰੀ ਦਾ ਗੁਰਦੁਆਰਾ, ਇੱਥੇ ਖੰਡ ਪਾਠ ਪ੍ਰਕਾਸ਼ ਹੋਏ ਹੋਏ ਨੇ ਮੈਨੂੰ ਲੱਗਦਾ ਨਾ, ਸਾਹਿਬਜ਼ਾਦਿਆਂ ਵਾਲੇ ਨੇ ਗੇ। ਲਓ ਜੀ, ਹੁਣ ਕੰਮ ਕਰਕੇ ਫ੍ਰੀ ਹੋਏ ਆਪਾਂ। ਹੁਣ ਟਾਈਮ ਜਿਹੜੇ 7:15 ਹੋ ਗਏ। ਸਾਡੇ ਕਿਸੇ ਆਏ ਸੀਗੇ, ਅਸੀਂ ਉੱਥੋਂ ਆ ਕੇ ਫਿਰ ਰੋਟੀ ਰੁਟੀ ਬਣਾਉਣ ਲੱਗ ਗਈ, ਸਬਜ਼ੀ ਬਣਾਉਣ ਲੱਗ ਗਈ, ਟਾਈਮ ਲੱਗ ਗਿਆ। ਹੁਣੀ ਫ੍ਰੀ ਹੋਈ ਹਾਂ, ਹੁਣ ਆਪਾਂ ਮੈਂ ਕਿਹਾ ਵਲੋਗ ਦਾ ਐਂਡ ਕਰ ਲੈਂਦੇ ਹਾਂ। ਜੇ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ, ਹੈ ਨਾ। ਆਪਾਂ ਜਾ ਕੇ ਆਏ ਅੱਜ ਉੱਥੇ, ਮਿਲਾਏ ਸੀ ਤੁਹਾਨੂੰ, ਹੈ ਨਾ, ਵੱਡੀ ਨਣਦ ਕੋਲ। ਉਹਦੀ ਨੂੰਹ ਨੇ ਜਾਣਾ ਕੈਨੇਡਾ, ਕੱਲ੍ਹ ਨੂੰ ਉਹਦੀ ਫਲਾਈਟ ਹੈ।
चलो अज ही आप मिले कल फिर आप दिक्कत ही है ना जाया नहीं थी जाना पहला भी उन्होंने बुलाया अज सवेरे अखंड पाठ के भोग से आप तो उत्थे भी नहीं जाया गया क्योंकि अपने गुरद्वारा साहब अखंड पाठ के भोग से गए जूनियर दे अपनी जित होने इत्थे भी जरूरी सीगा अपना फिर चलो असी उत्थे नहीं गए भी चल भोग तो बाद जावांगे फिर भी सानू होर जाना सीगा कि उधर का डिक्का जरूरी निकलिया आ चार एक बजे गए सीगे छे एक बजे दिन चलो मिल के आ गए आप घरे फिर आके सानू पता ही है कम्मां कारां दा है ना हत्थ ने रोटी टुकदा होया पिया सीगा एक सारे कम खिंडे पए थे गे हुण आपां इत्थे ही ब्लॉग दा एंड करदे आ साडी वीडियो नू प्लीज़ लाइक कमेंट शेयर जरूर करिया करो है ना कमेंट करके दस्या करो सोनू साड़ी वीडियो किमें दी लगी जी हाथ जोड़ के प्यार भरी सत श्री अकाल सदा खुश रहो जी जय जवान जय किसान किसान मजदूर एकता जिंदाबाद।